ਹalleluyah ਅੱਜ ਅਸੀਂ ਪ੍ਰਭੂ ਦੀ ਪਵਿੱਤਰ ਬਾਣੀ ਵਿੱਚੋਂ ਪੜਾਂਗੇ ਰਸੂਲਾਂ ਦੇ ਕਰਤੱਵ ਉਹਦਾ 3 ਉਹਦਾ 19 ਐਤ ਵਿੱਚੋਂ ਇਸ ਲਈ ਤੌਬਾ ਕਰੋ ਅਤੇ ਮੁੜੋ ਕਿ ਤੁਹਾਡੇ ਪਾਪ ਮਿਟਾਏ ਜਾਣ ਤਾਂ ਜੋ ਪ੍ਰਭੂ ਦੇ ਹਜ਼ੂਰੋਂ ਸੁੱਖ ਦੇ ਦਿਨ ਆਉਣ ਹalleluyah ਸੁੱਖ ਦੇ ਦਿਨ ਸਾਡੀ ਜ਼ਿੰਦਗੀ ਵਿੱਚ ਤਾਂ ਹੀ ਆਉਣਗੇ ਜਦ ਅਸੀਂ ਆਪਣੇ ਪਾਪਾਂ ਤੋਂ ਤੌਬਾ ਕਰਾਂਗੇ ਬਹੁਤ سارے ਲੋਕ ਕਹਿੰਦੇ ਆ ਕਿ ਅਸੀਂ ਤਾਂ ਕੋਈ ਪਾਪ ਨਹੀਂ ਕਰਦੇ ਤਾਂ ਫਿਰ ਅਸੀਂ ਆਪਣੇ ਪਾਪਾ ਤੋਂ ਤੋਬਾ ਕਿਵੇਂ ਕਰੀਏ ਕਿਉਂਕਿ ਜਦੋਂ ਅਸੀਂ ਕਦੀ ਆਪਣੀ ਜ਼ਿੰਦਗੀ ਵਿੱਚ ਪਾਪ ਨਹੀਂ ਕੀਤਾ ਈ ਝੂਠ ਨਹੀਂ ਬੋਲਦੇ ਕੁਝ ਗਲਤ ਨਹੀਂ ਕਰਦੇ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਹਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਪਾਪ ਆ ਕਿਉਂਕਿ ਉਹ ਪਾਪ ਤੋਂ ਪੈਦਾ ਹੋਇਆ ਹallelujah ਉਹ ਪਾਪ ਤੋਂ ਪੈਦਾ ਆ ਪਰ ਵੀ ਯਿਸੂ ਮਸੀਹ ਪਵਿੱਤਰ ਹਨ ਹallelujah ਆਪਾਂ ਇੱਕ ਵਚਨ ਹੋਰ ਪੜ੍ਹਦੇ ਮੱਤੀ ਉਹਦਾ 4 ਉਹਦੀ 17 ਐਤ ਵਿੱਚ ਲਿਖਿਆ ਉਸੇ ਵੇਲੇ ਯਿਸੂ ਪ੍ਰਚਾਰ ਕਰਨ ਲੱਗਾ ਅਤੇ ਕਹਿਣ ਲੱਗਾ ਕਿ ਤੋਬਾ ਕਰੋ ਕਿਉਂ ਜੋ ਸਵਰਗ ਦਾ ਰਾਜ ਨੇੜੇ ਆਇਆ ਹੈ ਹਾਲੇਲੀਉਆ ਜਦ ਵੀ ਯਿਸੂ ਮਸੀਹ ਨੇ ਵਜਾਤ ਪ੍ਰਚਾਰ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਤੋਬਾ ਕਰੋ ਕਿਉਂਕਿ ਸਵਰਗ ਦਾ ਰਾਜ ਨੇੜੇ ਆਇਆ ਹੈ ਤੇ ਇਸ ਲਈ ਹਰ ਇੱਕ ਨੂੰ ਆਪ ਕੋ ਆਪਣੇ ਪਾਪਾਂ ਨੂੰ ਮੰਨ ਕੇ ਛੱਡ ਦੇਣਾ ਔਰ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਤੋਬਾ ਕਰਨੀ ਬਾਪਤਿਸਮਾ ਲੈਣਾ ਤਾਂ ਹੀ ਤੁਸੀਂ ਪਾਪ ਤੋਂ ਸ਼ੈਤਾਨ ਤੋਂ ਬਚਾਏ ਜਾਓਗੇ ਅੱਜ ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਰੋਗ ਅੰਧਕਾਰ ਕੰਮ ਕਰ ਰਿਹਾ ਲੋਕ ਨਸ਼ਿਆਂ ਵਿੱਚ ਲੜਾਈਆਂ ਵਿੱਚ ਝਗੜਿਆਂ ਵਿੱਚ ਹallelujah ਇਸੇ ਕਾਰਨ ਕਰਜ਼ੇ ਦੇ ਹੇਠ ਇਸੇ ਕਾਰਨ ਕਿਉਂਕਿ ਉਹ ਆਪਣੇ ਪਾਪਾਂ ਤੋਂ ਉਹਨਾਂ ਨੇ ਤੋਬਾ ਨਹੀਂ ਕੀਤੀ ਹallelujah ਗੁਰਤਿ ਚ ਲਿਖਾ ਪਰਮੇਸ਼ਰ ਨੇ ਜਗਤ ਨਾਲ ਇੰਨਾ ਪ੍ਰੇਮ ਕੀਤਾ ਕਿ ਉਨੇ ਆਪਣਾ ਇੱਕ ਲਾਉਤਾ ਪੁੱਤਰ ਦੇ ਦਿੱਤਾ ਕਿ ਜਿਹੜਾ ਕੋਈ ਉਹਦੇ ਤੇ ਵਿਸ਼ਵਾਸ ਕਰੇ ਉਹ ਨਾਸ਼ ਨਾਏ ਬਲਕਿ ਉਹ ਬਚਾਇਆ ਜਾਏ ਤਾਂ ਅਹੀਂ ਬਚਾਏ ਕਿਦਾਂ ਚਾਹਾਂਗੇ ਜਦੋਂ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਕਰਾਂਗੇ ਜਿਵੇਂ ਆਪਣੇ ਪਾਪਾਂ ਤੋਂ ਤੋਬਾ ਕਰਾਂਗੇ ਤਾਂ ਅਹੀਂ ਬਚਾਏ ਜਾਵਾਂਗੇ ਕਿਉਂਕਿ ਉਹ ਪਾਪ ਪਾਪ ਵਾਲਾ ਜੀਵਨ ਸਾਡੇ ਵਿੱਚ ਇਸ ਕਰਕੇ ਕਿਉਂਕਿ ਅਹੀਂ ਆਪਣੇ ਪਾਪਾਂ ਤੋਂ ਤੋਬਾ ਨਹੀਂ ਕੀਤੀ ਪਰਮੇਸ਼ਰ ਨੇ ਜਦ ਆਦਮ ਦੀ ਰਚਨਾ ਕੀਤੀ ਤਾਂ ਉਹਨੂੰ ਇੱਕ ਹੁਕਮ ਦਿੱਤਾ ਕਿ ਤੂੰ ਅਦਨ ਦੇ ਬਾਗ ਵਿੱਚ ਹਰ ਬ੍ਰਿਸ਼ ਦੇ ਤੂਫਲ ਖਾ ਸਕਦਾ ਪਰ ਭਲੇ ਤੇ ਬੁਰੇ ਦੀ ਪਛਾਣ ਵਾਲਾ ਫਲ ਤੋਂ ਨਹੀਂ ਖਾਣਾ ਜਦ ਸ਼ੈਤਾਨ ਨੇ ਉਹਨਾਂ ਨੂੰ ਪਰਮਾਇਆ ਤਾਂ ਉਹਨਾਂ ਨੇ ਉਹ ਫਲ ਖਾਧਾ ਤੇ ਪਰਮੇਸ਼ਰ ਦੀ ਆਗਿਆ ਨੂੰ ਉਹਨਾਂ ਤੋੜ ਦਿੱਤਾ ਪਰਮੇਸ਼ਰ ਦੇ ਵਚਨ ਨੂੰ ਉਹਨਾਂ ਨੇ ਤੋੜਿਆ ਜਦ ਪਰਮੇਸ਼ਰ ਦੇ ਉਹਨਾਂ ਨੇ ਵਚਨ ਨੂੰ ਤੋੜ ਦਿੱਤਾ ਤਾਂ ਪਾਪ ਉਹਨਾਂ ਦੀ ਜ਼ਿੰਦਗੀ ਵਿੱਚ ਐਂਟਰ ਕੀਤਾ ਹallelujah ਉਹ ਪਰਮੇਸ਼ਰ ਦੇ ਪ੍ਰਤਾਪ ਤੋਂ ਰਹਿ ਕੇ ਪਰਮੇਸ਼ਰ ਨੇ ਉਹਨਾਂ ਨੂੰ ਆਤਮ ਦੇ ਬਾਗ ਵਿੱਚੋਂ ਬਾਹਰ ਕੱਢ ਦਿੱਤਾ ਪਰਮੇਸ਼ਰ ਤੋਂ ਦੂਰ ਹੋ ਗਏ ਹallelujah ਅਜੀ ਯਿਸੂ ਮਸੀਹ ਜਦੋਂ ਹੀ ਉਹਦੇ ਉੱਤੇ ਵਿਸ਼ਵਾਸ ਕਰਦੇ ਤਾਂ ਅਸੀਂ ਫੇਰ ਪਰਮੇਸ਼ਰ ਦੇ ਨੇੜੇ ਕੀਤੇ ਜਾਂਦੇ ਸਾਡੇ ਵਿੱਚ ਉਹ ਵੈਰ ਵਿਰੋਧ ਵਾਲੀ ਜੁਦਾਈ ਦੀ ਕੰਧ ਨੂੰ ਪ੍ਰਭ ਯਿਸੂ ਮਸੀਹ ਨੇ ਹਟਾ ਦਿੱਤਾ ਐਸੀ ਯਿਸੂ ਮਸੀਹ ਦੇ ਨਾਮ ਚ ਬਚਾਏ ਜਾਂਦੇ ਯਿਸੂ ਮਸੀਹ ਦੇ ਨਾਂ ਚ ਸਾਨੂੰ ਪਾਪਾਂ ਦੀ ਮਾਫੀ ਮਿਲਦੀ ਹੈ ਹallelujah ਜੇ ਤੁਸੀਂ ਚਾਹੁੰਦੇ ਕਿ ਅਸੀਂ ਸੁਖ ਦਾ ਜੀਵਨ ਬਤੀਤ ਕਰੀਏ ਅੱਜ ਬਹੁਤ ਸਾਰੇ ਲੋਕ ਜਾਂ ਤਾਂ ਇਥੇ ਪਰਮੇਸ਼ਰ ਦੇ ਘਰ ਵਿੱਚ ਆਉਂਦੇ ਆ ਤੇ ਉਹ ਕਹਿੰਦੇ ਕਿ ਉਹਨਾਂ ਦੀ ਸਾਰੀ ਉਮਰ ਲੰਘ ਗਈ ਹੈ ਬੰਦਗੀਆਂ ਨੂੰ ਵੇਖਦੇ ਆ ਚਰਚਾਂ ਵਿੱਚ ਜਾਂਦੇ ਆ ਪਰ ਅਜੇ ਤੱਕ ਉਹਨਾਂ ਨੇ ਤੋਬਾ ਨਹੀਂ ਕੀਤੀ ਜੇ ਤੁਸੀਂ ਤੋਬਾ ਨਹੀਂ ਕਰੋਗੇ ਤਾਂ ਤੁਸੀਂ ਕਿਵੇਂ ਬਚਾਏ ਜਾਓਗੇ ਕਿਵੇਂ ਤੁਸੀਂ ਸਵਰਗ ਰਾਜ ਲਈ ਤਿਆਰ ਹੋਵੋਗੇ ਵੱਤਨ ਤੇ ਲਿਖਿਆ ਹਰ ਕੋਈ ਆਪੋ ਆਪਣੇ ਪਾਪਾ ਨੂੰ ਮੰਨ ਕੇ ਤੋਂ ਉਹਨਾਂ ਨੂੰ ਛੱਡ ਦੇਵੇ ਤੇ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲਵੇ ਤੇ ਉਹ ਬਚਾਇਆ ਜਾਵੇਗਾ ਇਸ ਲਈ ਤੁਸੀਂ ਤੋਬਾ ਕਰੋ ਤੁਹਾਡੇ ਪਾਪ ਮਟਾਏ ਜਾਣ ਪਰਮੇਸ਼ਰ ਦੇ ਹਜ਼ੂਰ ਉੱਖ ਦੇ ਦੇ ਨਾਜ਼ਰ ਤੇ ਸੁਖ ਦੇ ਦਿਨ ਤਾਂ ਹੀ ਆਉਣਗੇ ਜਦ ਅਸੀਂ ਤੋਬਾ ਕਰਾਂਗੇ ਤੇ ਸੁਖ ਦੇ ਦਿਨ ਕਿੱਥੋਂ ਆਉਣੇ ਪਰਮੇਸ਼ਰ ਦੇ ਹਜ਼ੂਰ ਹallelujah ਇਸ ਕਰਕੇ ਸਾਨੂੰ ਬਪਤਿਸਮਾ ਲੈਣਾ ਯਿਸੂ ਮਸੀਹ ਦੇ ਨਾਮ ਵਿੱਚ ਚਾਹੇ ਕੋਈ ਵੀ ਹੈ ਜੋ ਪ੍ਰਭੂ ਨੂੰ ਕਬੂਲ ਕਰਦਾ ਹੈ ਪਰਮੇਸ਼ਰ ਦੇ ਘਰ ਵਿੱਚ ਆਉਂਦਾ ਹੈ ਉਹ ਹਰ ਇੱਕ ਨੂੰ ਤੋਬਾ ਕਰਨ ਦੀ ਜ਼ਰੂਰਤ ਹੈ ਤੋਬਾ ਤੋਂ ਬਿਨਾ ਤੁਸੀਂ ਨਿਜਾਤ ਨਹੀਂ ਪਾਓਗੇ ਬਿਮਾਰੀਆਂ ਰੋਗਾਂ ਤੋਂ ਛੁਟਕਾਰਾ ਨਹੀਂ ਪਾਓਗੇ ਜਦੋਂ ਜਦੋਂ ਇੱਕ ਬਿਮਾਰੀ ਤੁਹਾਡੀ ਜ਼ਿੰਦਗੀ 'ਚ ਜਾਂਦੀ ਹੈ ਤੋ ਫੇਰ ਵਾਪਸ ਆਉਂਦੀ ਹੈ ਉਹ ਇਸੇ ਕਰਕੇ ਆਉਂਦੀ ਕਿਉਂਕਿ ਅਸੀਂ ਆਪਣਾ ਜੀਵਨ ਪ੍ਰਭੂ ਨੂੰ ਨਹੀਂ ਦਿੰਦੇ ਅਸੀਂ ਆਪਣਾ ਜੀਵਨ ਪਰਮੇਸ਼ਰ ਨੂੰ ਨਹੀਂ ਦਿੰਦੇ ਵਚਨ 'ਚ ਲਿਖਿਆ ਜਦ ਮਨੁੱਖ ਦੇ ਅੰਦਰ ਇੱਕ ਦੁਸ਼ਟ ਆਤਮਾ ਕੱਢੀ ਜਾਂਦੀ ਆ ਉਹ ਫਿਰ ਸੁੱਕੀਆਂ ਜਗ੍ਹਾ ਨੂੰ ਸੁੱਕੀਆਂ ਥਾਵਾਂ ਨੂੰ ਭਾਲਦੀ। ਜਦ ਉਹਨਾਂ ਨੂੰ ਸੁੱਕੀ ਥਾਂ ਨਹੀਂ ਲੱਭਦੀ ਤਾਂ ਕਹਿੰਦੀ ਕਿ ਮੈਂ ਫਿਰ ਉੱਥੇ ਹੀ ਜਾਵਾਂ ਜਿੱਥੋਂ ਮੈਂ ਕੱਢੀ ਗਈ। ਉਹ ਫਿਰ ਉਸੇ ਮਨੁੱਖ ਦੇ ਅੰਦਰ ਆਉਂਦੀ ਆ। ਉਹਨੂੰ ਜਦ ਵਿੰਦੀ ਸਵਾਰਿਆ ਝਾੜਿਆ ਬਣਾਇਆ ਵੇਖਦੀ ਉਹਦੇ ਅੰਦਰ ਹੁੰਦੀ ਤਾਂ ਉਹ ਆਪਣੇ ਨਾਲ ਉਹ ਸੱਤ ਹੋਰ ਭੈੜੀਆਂ ਨਾਲ ਲੈ ਕੇ ਜਾਂਦੀ। ਤੇ ਉਹਦੇ ਅੰਦਰ ਉਹ ਵਾਸ ਕਰਦੀਆਂ ਤਾਂ ਉਹਦਾ ਹਾਲ ਉਸ ਮਨੁੱਖ ਦਾ ਹਾਲ ਪਹਿਲਾਂ ਨਾਲੋਂ ਵੇ ਬੁਰਾਹਾ ਹੋ ਜਾਂਦਾ। ਹallelujah ਉਹ ਇਸੇ ਕਾਰਨ ਕਿਉਂਕਿ ਰਬੀ ਯਿਸੂ ਮਸੀਹ ਦਿਆਲੂ ਆ ਕਿਰਪਾ ਕਰਨ ਵਾਲੇ ਪਰਮੇਸ਼ਰ ਉਹ ਦਿਆ ਕਰਦੇ ਐ ਹੀ ਉਹਦੇ ਨਾਮ ਚ ਬਚਾਏ ਜਾਂਦੇ ਜਦ ਪਰਮੇਸ਼ਰ ਦੇ ਘਰ ਵਿੱਚ ਜਾਂਦੇ ਤਾਂ ਹੀ ਚੰਗੇ ਹੋ ਜਾਂਦੇ ਪਰ ਉਸ ਚੰਗਿਆਈ ਨੂੰ ਸਦਾ ਆਪਣੇ ਜੀਵਨ ਵਿੱਚ ਬਣਾਈ ਰੱਖਣ ਦੇ ਲਈ ਸਾਨੂੰ ਤੌਬਾ ਕਰਨੀ ਪਈ ਜਦ ਇਹ ਤੌਬਾ ਕਰਦੇ ਆ ਤਾਂ ਸਾਡੇ ਜੀਵਨ ਦੇ ਵਿੱਚ ਫਿਰ ਪਾਪ ਐਂਟਰ ਨਹੀਂ ਕਰਦਾ ਸਾਡੇ ਜੀਵਨ ਵਿੱਚ ਪਰਮੇਸ਼ਰ ਦੇ ਕੰਮ ਹੁੰਦੇ ਐ ਪ੍ਰਭੂ ਤੁਹਾਨੂੰ ਇਹਨਾਂ ਬਚਨਾਂ ਦੇ ਦੁਆਰਾ ਬਹੁਤ ਬਰਕਤ ਦੇਵੇ ਆਸ਼ੀਸ਼ ਦੇਵੇ ਸਾਰਿਆਂ ਜੈਮਸੀ ਦੇ